ਤੋ ਸਤਿ ਸ਼੍ਰੀ ਅਕਾਲ ਮੈਂ ਸਤਵਿੰਦਰ ਸਿੰਘ ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ ਵਿਚਾਰ ਵਟਾਂਦਰਾ ਵਿਚਾਰ ਵਟਾਂਦਰਾ ਪ੍ਰੋਗਰਾਮ ਵਿੱਚ ਅਸੀਂ ਕੁਝ ਖਾਸ ਜਿਹੜੇ ਵਿਸ਼ੇ ਹਨ ਉਹਨਾਂ ਉੱਤੇ ਚਰਚਾ ਕਰਦੇ ਹਾਂ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਕੈਨੇਡੀਅਨ ਸਮਾਜ ਅਤੇ ਰੇਸਿਜ਼ਮ ਦੀ ਜਿਹੜੀ ਆਪਾਂ ਉਹਦੇ ਵਿਸ਼ੇ ਉੱਤੇ ਜਿਹੜੀ ਹੈ ਗੱਲਬਾਤ ਕਰਾਂਗੇ ਇਸ ਸਾਰੇ ਵਿਸ਼ੇ ਉੱਤੇ ਜਿਹੜੀ ਹੈ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਸ਼ਾਮਿਲ ਨੇ ਇਰਫਾਨ ਸਬੀਰ ਜੀ ਇਰਫਾਨ ਜੀ ਬਹੁਤ ਬਹੁਤ ਸਵਾਗਤ ਹੈ ਜੀ ਪਿਆਰ ਸਤਿ ਸ਼੍ਰੀ ਅਕਾਲ ਜੀ ਬਹੁਤ ਸ਼ੁਕਰੀਆ ਸਰ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਇਰਫਾਨ ਸਬੀਰ ਜੀ ਸਾਡੇ ਹਲਕੇ ਕੈਲਗਰੀ ਮਖੌਲ ਤੋਂ ਐਮ ਐਲ ਏ ਵੀ ਨੇ ਅਤੇ ਨਾਲੇ ਅਲਬਰਟਾ ਸਰਕਾਰ ਜਿਹੜੀ ਐਨ ਡੀ ਪੀ ਦੀ ਉਹਦੇ ਵਿੱਚ ਮਿਨਿਸਟਰ ਵੀ ਨੇ ਕਮਿਊਨਿਟੀ ਐਂਡ ਸੋਸ਼ਲ ਸਰਵਿਸਿਸ ਮਿਨਿਸਟਰ ਨੇ ਅਤੇ ਕਾਫੀ ਵਧੀਆ ਕੰਮ ਕਰ ਰਹੇ ਨੇ ਕਾਫੀ ਹਰਮਨ ਪਿਆਰੇ ਨੇਤਾ ਨੇ ਸਾਡੀ ਕਮਿਊਨਿਟੀ ਦੇ ਵਿੱਚ ਇਰਫਾਨ ਜੀ ਮੈਂ ਤੁਹਾਡੇ ਕੋਲ ਇਹੀ ਪੁੱਛਣਾ ਚਾਹਾਂਗਾ ਕਿ ਜਿਵੇਂ ਆਪਾਂ ਦੇਖਿਆ ਕਿ ਤਕਰੀਬਨ ਮੇਰਾ ਮੋਰ ਦੈਨ 200 ਕੰਟਰੀਜ਼ ਜਿਹੜੇ ਹਨ ਕੈਨੇਡਾ ਦੇ ਵਿੱਚ ਵਸਿੰਦੇ ਰਹਿੰਦੇ ਹੈਗੇ ਹੈ ਨਾ ਅਲੱਗ ਅਲੱਗ ਰੰਗਾਂ ਦੇ ਅਲੱਗ ਅਲੱਗ ਬੋਲੀਆਂ ਦੇ ਆਪਾਂ ਨੂੰ ਜਦੋਂ ਵੀ ਕੋਈ ਬੰਦਾ ਮਿਲਦਾ ਅਤੇ ਉਹ ਜੋ ਆਪਣੀ ਭਾਸ਼ਾ 'ਚ ਦੋ ਬੰਦੇ ਗੱਲ ਕਰਦੇ ਹੁੰਦੇ ਅਤੇ ਨਵੀਂ ਹੁੰਦੀ ਹੈਗੀ ਬਿਲਕੁਲ ਹੈ ਨਾ ਅਤੇ ਅਲੱਗ ਅਲੱਗ ਧਰਮਾਂ ਦੇ ਜਿਹੜੇ ਇੱਥੇ ਲੋਕ ਰਹਿੰਦੇ ਨੇ ਔਰ ਕੈਨੇਡਾ ਪੂਰੇ ਵਰਲਡ ਦੇ ਵਿੱਚ ਇਸ ਚੀਜ਼ ਵਾਸਤੇ ਮੰਨਿਆ ਵੀ ਜਾਂਦਾ ਹੈਗਾ ਕਿ ਕੈਨੇਡਾ ਦੇ ਵਿੱਚ ਵੀ ਰੇਸਿਜ਼ਮ ਘੱਟ ਹੈਗੀ ਆ ਜਾਂ ਹੇਟਿਜ਼ਮ ਘੱਟ ਹੈਗਾ ਪਰ ਤੁਸੀਂ ਬਹੁਤ ਕੰਮ ਕੀਤਾ ਐਜ਼ ਏ ਜਿਹੜਾ ਲੋਇਰ ਵੀ ਤੁਸੀਂ ਕੰਮ ਕੀਤਾ ਹੈਗਾ ਤੁਸੀਂ ਕਮਿਊਨਿਟੀ ਵਰਕ ਦੇ ਨਾਲ ਜਿਹੜੇ ਹੈਗੇ ਜੁੜੇ ਰਹੇ ਹੈਗੇ ਹੋ ਹੁਣ ਤੁਸੀਂ ਤਕਰੀਬਨ ਪਿਛਲੇ 3 ਸਾਲ ਤੋਂ ਜਿਹੜਾ ਹੈਗਾ ਗੌਰਮੈਂਟ ਦੇ ਵਿੱਚ ਹੋਇਆ ਜੇ ਮਿਨਿਸਟਰ ਹੋ ਕਾਫੀ ਕਮਿਊਨਿਟੀ ਦੇ ਵਿੱਚ ਤੁਹਾਡੀ ਐਕਟੀਵਿਟੀ ਰਹਿੰਦੀ ਹੈ ਨਹੀਂ ਤਾਂ ਕਈ ਵਾਰੀ ਕੋਈ ਬੰਦਾ ਕੋਈ ਐਮ ਐਲ ਏ ਜਾਂ ਮਿਨਿਸਟਰ ਬਣ ਜਾਂਦਾ ਅਤੇ ਮੁੜ ਕੇ ਕਮਿਊਨਿਟੀ ਨਾਲ ਟੁੱਟ ਜਾਂਦਾ ਹੈਗਾ ਪਰ ਤੁਹਾਡੀ ਕਾਫੀ ਇਨਵੋਲਵਮੈਂਟ ਜਿਹੜੀ ਰਹੀ ਹੈਗੀ ਆ ਤੁਸੀਂ ਕੀ ਨੋਟ ਕੀਤਾ ਹੈਗਾ ਵੀ ਹੈ ਰੇਸਿਜ਼ਮ ਹੁਣ ਵੀ ਕਿ ਜਾਂ ਇਹ ਪੁਰਾਣੀਆਂ ਗੱਲਾਂ ਹੋ ਗਈਆਂ ਸਭ ਤੋਂ ਪਹਿਲੇ ਅਤੇ ਸਤਿੰਦਰ ਭਾਅ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਬੁਲਾਇਆ ਸਟੂਡੀਓ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੀ ਬੈਕਗਰਾਊਂਡ ਬਹੁਤ ਸਾਰੇ ਧਰਮ ਬਹੁਤ ਸਾਰੇ ਟੈਲੈਂਟਸ ਦੇ ਲੋਕ ਇੱਥੇ ਆਬਾਦ ਨੇ ਜੀ ਔਰ ਇਨ ਜਨਰਲ ਇਹ ਹੈ ਕਿ ਕੈਨੇਡਾ ਦੁਨੀਆ ਦੇ ਹਰ ਖਿੱਤੇ ਤੋਂ ਲੋਕਾਂ ਨੂੰ ਇੱਥੇ ਵੈਲਕਮ ਕਰਦਾ ਆਪਰਚੁਨਿਟੀ ਕ੍ਰੀਏਟ ਕਰਦਾ ਪਰਸਨਲੀ ਮੈਂ 2004 ਦੇ ਵਿੱਚ ਆਇਆ ਹਰ ਤਰ੍ਹਾਂ ਦੀ ਆਪਰਚੁਨਿਟੀ ਮੌਜੂਦ ਸੀ ਜੋਬ ਆਪਰਚੁਨਿਟੀ ਐਜੂਕੇਸ਼ਨ ਆਪਰਚੁਨਿਟੀ ਨਾਓ ਕਹਿ ਲਓ ਕਿ ਤਕਰੀਬਨ 12-13 ਸਾਲਾਂ ਦੇ ਵਿੱਚ ਤੁਸੀਂ ਜਿਹੜਾ ਹੈਗੇ ਕਿ ਇੱਥੇ ਐਮ ਐਲ ਏ ਵੀ ਬਣ ਗਏ ਔਰ ਤੁਸੀਂ ਮਿਨਿਸਟਰ ਵੀ ਬਣ ਗਏ ਮਤਲਬ ਕੈਨੇਡਾ ਦੀ ਦੇਣ ਹੀ ਆਪਾਂ ਕੈਨੇਡਾ ਦੀ ਦੇਣ ਹੈ ਇਹ ਕਿਧਰੇ ਹੋਰ ਮੁਮਕਿਨ ਨਹੀਂ ਲੇਕਿਨ ਇਸ ਦੇ ਬਾਵਜੂਦ ਇਹ ਵੇ ਕਿ ਹਾਲਾਂ ਵੀ ਕੁਛ ਇਸ ਤਰ੍ਹਾਂ ਦੇ ਫੈਕਟਰਸ ਮੌਜੂਦ ਨੇ ਐਲੀਮੈਂਟਸ ਮੌਜੂਦ ਨੇ ਕਿ ਜਿਹੜੇ ਹੇਟ ਨੂੰ ਪ੍ਰੋਪੇਗੇਟ ਵੀ ਕਰਦੇ ਨੇ ਔਰ ਬਹੁਤ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਦੀ ਜਿਹੜੀ ਇਕੁਅਲ ਆਪਰਚੁਨਿਟੀ ਹੈ ਬਾਜ਼ੋਕਾਤ ਉਹ ਅਵੇਲੇਬਲ ਨਹੀਂ ਹੈ ਅਤੇ ਇਸ ਸਾਰੀ ਚੀਜ਼ ਨੂੰ ਦੇਖਦੇ ਹੋਇਆਂ ਗਵਰਨਮੈਂਟ ਨੇ 2017 ਦੇ ਵਿੱਚ ਇੱਕ ਇਨੀਸ਼ੀਏਟਿਵ ਲਾਂਚ ਕੀਤਾ ਸੀ ਐਂਟੀ ਰੇਸਿਜ਼ਮ ਇਨੀਸ਼ੀਏਟਿਵ ਜਿਹਦਾ ਪਰਪਜ਼ ਇਹ ਸੀ ਕਿ ਡਿਵਰਸ ਕਮਿਊਨਿਟੀਜ਼ ਦੇ ਵਿੱਚੋਂ ਫੀਡਬੈਕ ਉਹ ਇਕੱਠੀ ਕੀਤੀ ਜਾਵੇ ਅਤੇ ਬੇਸਡ ਔਨ ਉਸ ਫੀਡਬੈਕ 'ਤੇ ਸਟੈਪਸ ਲਿੱਤੇ ਜਾਣ ਕਿ ਜਿਹੜੇ ਇਸ ਸੁਸਾਇਟੀ ਨੂੰ ਮੋਰ ਇਨਕਲੂਸਿਵ ਮੋਰ ਐਕਸੈਪਟਿੰਗ ਸੁਸਾਇਟੀ ਦੀ ਤਰਫ ਲੈ ਜਾਵਣ ਜੀ ਅਤੇ ਉਹਦੇ ਵਿੱਚ ਅਸੀਂ ਪੂਰੇ ਅਲਬਰਟਾ ਦੇ ਵਿੱਚ 100 ਤੋਂ ਜ਼ਿਆਦਾ ਕਮਿਊਨਿਟੀ ਗਰੁੱਪਸ ਨੇ ਕੰਸਲਟੇਸ਼ਨ ਵਿੱਚ ਹਿੱਸਾ ਲਿਆ ਬਹੁਤ ਸਾਰੇ ਅਲਬਰਟਨਸ ਨੇ ਸਰਵੇ ਦੀ ਸ਼ਕਲ ਵਿੱਚ ਈਮੇਲਸ ਦੀ ਸ਼ਕਲ ਵਿੱਚ ਸਬਮਿਸ਼ਨ ਦੀ ਸ਼ਕਲ ਵਿੱਚ ਫੀਡਬੈਕ ਦਿੱਤੀ ਅਤੇ ਬੇਸਡ ਔਨ ਦੈਟ ਅਰਲੀਅਰ ਦਿਸ ਈਅਰ ਅਸੀਂ ਉਹ ਰਿਪੋਰਟ ਟੇਕਿੰਗ ਐਕਸ਼ਨ ਅਗੇਂਸਟ ਰੇਸਿਜ਼ਮ ਰਿਪੋਰਟ ਜਿਹੜੀ ਔਨਲਾਈਨ ਅਵੇਲੇਬਲ ਵੇ ਉਹ ਰਿਲੀਜ਼ ਕੀਤੀ ਵੇ ਓਕੇ ਉਸ ਰਿਪੋਰਟ ਦੇ ਵਿੱਚ ਦੋ ਕਿਸਮ ਦੇ ਐਕਸ਼ਨ ਸੁਜੈਸਟ ਕੀਤੇ ਗਏ ਨੇ ਇੱਕ ਜਿਹੜੇ ਸ਼ੋਰਟ ਟਰਮ ਨੇ ਇੱਕ ਜਿਹੜੇ ਥੋੜ੍ਹੇ ਮੀਡੀਅਮ ਟੂ ਲੌਂਗ ਟਰਮ ਨੇ ਅਤੇ ਜਿਹੜੇ ਸ਼ੋਰਟ ਟਰਮ ਐਕਸ਼ਨ ਨੇ ਉਹਦੇ ਵਿੱਚ ਪਹਿਲੀ ਤਾਂ ਇਹ ਸੀ ਕਿ ਅਸੀਂ ਇੱਕ ਕਮਿਊਨਿਟੀ ਗ੍ਰਾਂਟ ਪ੍ਰੋਗਰਾਮ ਸ਼ੁਰੂ ਕੀਤਾ ਜਿਹਦੇ ਵਿੱਚ ਕਮਿਊਨਿਟੀ ਔਰਗਨਾਈਜੇਸ਼ਨ ਨੋਨ ਪ੍ਰੋਫਿਟਸ ਜਿਹੜੀਆਂ ਰੇਸਿਜ਼ਮ ਦੇ ਅਗੇਂਸਟ ਕੰਮ ਕਰ ਰਹੀਆਂ ਨੇ ਇਨਕਲੂਸਿਵ ਸੁਸਾਇਟੀ ਦੇ ਲਈ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਅਪ ਟੂ $25,000 ਦੀ ਗ੍ਰਾਂਟ ਜਿਹੜੀ ਹੈ ਉਹ ਅਵੇਲੇਬਲ ਨੇ ਦੂਸਰੀ ਚੀਜ਼ ਅਸੀਂ ਜਿਹੜੀ ਇਮੀਡੀਏਟ ਕੀਤੀ ਉਹ ਇਹ ਹੈ ਕਿ ਇੱਕ ਕਾਊਂਸਲ ਬਣਾਈ 25 ਮੈਂਬਰਸ ਦੀ ਕਾਊਂਸਲ 15 September ਉਹਦੀ ਡੈਡਲਾਈਨ ਸੀ ਜਿਹਦੇ ਵਿੱਚ ਆਲਮੋਸਟ 400+ ਅਲਬਰਟਨ ਨੇ ਅਪਲਾਈ ਕੀਤਾ 25 ਮੈਂਬਰ ਕਾਊਂਸਲ ਬਣੇਗੀ ਫੇਅਰਲੀ ਸੋਨ ਕਿ ਜਿਹੜੀ ਗਵਰਨਮੈਂਟ ਨੂੰ ਇਹ ਰੇਸਿਜ਼ਮ ਦੇ ਬਾਰੇ
ਇਨਕਲੂਜਨ ਦੇ ਬਾਰੇ ਐਡਵਾਈਜ਼ ਕਰੇਗੀ। ਓਕੇ, ਤੇ ਇਹ ਦੋ ਇਮੀਡੀਏਟ ਸਟੈਪਸ ਨੇ, ਤੇ ਲੌਂਗ ਟਰਮ ਦੇ ਵਿੱਚ ਇਹ ਹੈ ਕਿ ਅਸੀਂ ਵੇਖਿਆ ਕਿ ਬਹੁਤ ਸਾਰੇ ਲੋਕ ਜਿਹੜੇ ਆਉਂਦੇ ਨੇ ਫੋਰਨ ਕੁਆਲੀਫਿਕੇਸ਼ਨ ਉਹ ਲੈ ਕੇ ਆਉਂਦੇ ਨੇ, ਲੇਕਿਨ ਉਹਨਾਂ ਨੂੰ ਇੱਥੇ ਉਹ ਕੁਆਲੀਫਿਕੇਸ਼ਨ ਰੈਕਗਨਾਈਜ਼ ਕਰਨ ਦੇ ਵਿੱਚ ਦਿੱਕਤ ਪੇਸ਼ਾਂ ਦੀ, ਦੁਸ਼ਵਾਰੀ ਪੇਸ਼ਾਂ ਦੀ। ਅਤੇ ਹੁਣ ਜਿਹੜੀ ਕੰਸਲਟੇਸ਼ਨ ਵੇ ਉਹ ਇਹਦੇ 'ਤੇ ਵੇ ਕਿ ਅਸੀਂ ਉਹ ਕਿਵੇਂ ਫੈਸਿਲੀਟੇਟ ਕਰੀਏ ਕਿ ਜਿਹੜੇ ਫੋਰਨ ਕ੍ਰੈਡੈਂਸ਼ਲਸ ਨੇ ਉਹਨਾਂ ਨੂੰ ਇੱਥੇ ਟ੍ਰਾਂਜੈਕਸ਼ਨ ਜਿਹੜੀ ਹੈ ਉਹ ਸਮੂਥ ਹੋਵੇ, ਸਮੂਥ ਹੋਵੇ। ਦੂਸਰੀ ਹੋਰ ਵੀ ਕਾਫੀ ਸਾਰੇ ਸਟੈਪਸ ਨੇ, ਮੈਂਟਰਸ਼ਿਪ ਪ੍ਰੋਗਰਾਮਸ ਨੇ ਲੋਕਾਂ ਦੇ ਲਈ, ਫਿਰ ਹੇਟ ਕ੍ਰਾਈਮ ਯੂਨਿਟ ਜਿਹੜਾ ਐਗਜ਼ਿਸਟ ਕਰਦਾ ਉਹ ਉਹਨੂੰ ਸਟਰੈਂਥਨ ਕਿਵੇਂ ਕੀਤਾ ਜਾਵੇ। ਫਿਰ ਇਸੀ ਹੇਟ ਕ੍ਰਾਈਮ ਯੂਨਿਟ ਦੇ ਵਿੱਚ ਸਪੈਸ਼ਲਾਈਜ਼ ਟ੍ਰੇਨਿੰਗ ਦਿੱਤੀ ਜਾਵੇ ਜਿਹੜੇ ਹੇਟ ਕ੍ਰਾਈਮਸ ਨੂੰ ਸਿਰਫ ਡੀਲ ਕਰ ਸਕਣ, ਪੁਲਿਸ ਹੈ, ਬਾਕੀ ਫੋਰਸਿਸ ਨੇ, ਪ੍ਰੋਸੀਕਿਊਸ਼ਨ ਬ੍ਰਾਂਚ ਹੈ, ਇਹਨਾਂ ਲੋਕਾਂ ਨੂੰ ਕਿਵੇਂ ਟ੍ਰੇਨ ਕੀਤਾ ਜਾਵੇ ਕਿ ਹੇਟ ਕ੍ਰਾਈਮ ਨੂੰ ਟੈਕਲ ਕਰ ਸਕੇ। ਇੱਕ ਤਾਂ ਇਹ ਵੀ ਹੁੰਦਾ ਵੀ ਆਈਡੈਂਟੀਫਾਈ ਵੀ ਕਰਨਾ ਹੁੰਦਾ ਕਿ ਵੈਦਰ ਇਟ ਇਜ਼ ਹੇਟ ਕ੍ਰਾਈਮ ਔਰ ਨਾਟ, ਹੈ ਨਾ, ਉਹਦੇ ਵਾਸਤੇ ਵੀ ਟ੍ਰੇਨਿੰਗ ਦੀ ਜਿਹੜੀ ਹੈਗੀ ਲੋੜ ਹੁੰਦੀ ਹੈ। ਪਰ ਜਿਹੜੀ ਆਪਾਂ ਇਸ ਰਿਪੋਰਟ ਦੀ ਗੱਲ ਕਰਾਂਗੇ ਕਿ ਇਹ ਜਿਹੜੀ ਤੁਸੀਂ ਸਰਵੇ ਕਰਵਾਇਆ ਸਾਰਾ, ਹੈ ਨਾ, ਫੀਡਬੈਕ ਲਈ ਕਮਿਊਨਿਟੀ ਦੇ ਕੋਲੋਂ, ਕੰਸਲਟੇਸ਼ਨ ਲਈ ਜਾਂ ਸਰਵੇ ਦੇ ਰਹੇ ਲਈ, ਕੀ ਉਹਦੇ ਵਿੱਚ ਨਿਕਲ ਕੇ ਆਇਆ ਵੀ ਰੇਸਿਜ਼ਮ ਹੈ ਜਾਂ ਹੇਟਿਜ਼ਮ ਦੀ ਆਪਾਂ ਗੱਲ ਕਰੀਏ ਹੈ? ਮੁਖਤਲਿਫ ਲੋਕਾਂ ਦੇ ਐਕਸਪੀਰੀਅੰਸ ਮੁਖਤਲਿਫ ਨੇ। ਬਾਜ਼ ਲੋਕਾਂ ਦਾ ਐਕਸਪੀਰੀਅੰਸ ਬਹੁਤ ਹੀ ਪੋਜ਼ਿਟਿਵ ਹੈ, ਬਾਜ਼ ਲੋਕਾਂ ਨੇ ਸਰਟਨਲੀ ਕੰਸਰਨ ਸ਼ੇਅਰ ਕੀਤੇ ਕਿ ਬੇਸਡ ਔਨ ਉਹਨਾਂ ਦੀ ਲੁੱਕ 'ਤੇ, ਬੇਸਡ ਔਨ ਹਾਓ ਦੇ ਟਾਕ, ਬੇਸਡ ਔਨ ਹਾਓ ਦੇ ਡਰੈਸ, ਉਹਨਾਂ ਨੂੰ ਡਿਫਰੈਂਟਲੀ ਟ੍ਰੀਟ ਕੀਤਾ ਜਾਂਦਾ। ਮੋਰ ਰੀਸੈਂਟਲੀ ਅਸੀਂ ਐਂਟੀ ਟਰਬਨ ਪੋਸਟਰ ਇੱਕ ਵੇਖਿਆ ਯੂਨੀਵਰਸਿਟੀ ਅਲਬਰਟਾ ਦੇ ਵਿੱਚ, ਇਸੀ ਤਰ੍ਹਾਂ ਹਿਜਾਬ ਦੇ ਉੱਤੇ ਲੋਕਾਂ ਨੂੰ ਡਿਫਰੈਂਟਲੀ ਟ੍ਰੀਟ ਕੀਤਾ ਗਿਆ। ਇਸ ਤਰ੍ਹਾਂ ਦੇ ਚੀਜ਼ਾਂ ਮੌਜੂਦ ਨੇ, ਔਰ ਸਟੈਟਸ ਕੈਨੇਡਾ ਦੀ ਜਿਹੜੀ ਰੀਸੈਂਟ ਰਿਪੋਰਟ ਹੋਈ ਉਹਦੇ ਵਿੱਚ ਵੀ ਇਹ ਸੀ ਕਿ ਇਹ ਜਿਹੜੇ ਇੰਸੀਡੈਂਟਸ ਨੇ ਇਹ ਔਨ ਦਾ ਰਾਈਜ਼ ਨੇ, ਔਨ ਦਾ ਰਾਈਜ਼ ਹੈਗੇ ਆ। ਔਰ ਇਸੀ ਸਾਰੀ ਚੀਜ਼ ਨੂੰ ਵੇਖਦੇ ਹੋਏ ਪ੍ਰੀਮੀਅਰ ਨੇ ਐਂਟੀ ਰੇਸਿਜ਼ਮ ਇਨੀਸ਼ੀਏਟਿਵ ਵੀ ਸ਼ੁਰੂ ਕੀਤਾ ਸੀ। ਇਹ ਜਿਹੜਾ ਆਪਾਂ ਕਹਿੰਦੇ ਹਾਂ ਵੀ ਹੈਗੇ ਨੇ ਰੇਸਿਜ਼ਮ ਦੇ ਕੇਸਿਸ ਹੈਗੇ ਨੇ ਜਾਂ ਹੇਟ ਦੇ ਕ੍ਰਾਈਮ ਵੀ ਜਿਹੜਾ ਹੈਗਾ ਹੁੰਦਾ ਹੈਗਾ, ਕ੍ਰਾਈਮ ਨਾ ਵੀ ਹੋਵੇ ਵੀ ਵੈਸੇ ਵੀ ਆਪਾਂ ਹੇਟ, ਹੈ ਨਾ, ਕਈ ਵਾਰੀ ਮਨ 'ਚ ਹੀ ਹੁੰਦਾ, ਕਈ ਵਾਰੀ ਆਪਾਂ ਥੋੜ੍ਹਾ ਜਿਹਾ ਐਕਸਪ੍ਰੈਸ ਵੀ ਕੋਈ ਕਰ ਦਿੰਦਾ ਹੈਗਾ ਆਪਣਾ ਹੇਟ ਜਿਹੜਾ ਕਿਸੇ ਦੂਜੇ ਦੇ ਪ੍ਰਤੀ ਹੁੰਦਾ ਹੈਗਾ। ਇਹਦੇ ਕਾਰਨਾਂ ਦੀ ਵੀ ਗੱਲ ਹੋਈ ਹੈਗੀ ਵੀ ਵਾਈ ਪੀਪਲ ਬਿਹੇਵਿੰਗ ਲਾਈਕ ਦੈਟ, ਕਿ ਕੋਈ ਰੇਸਿਜ਼ਮ ਦੇ ਵਾਸਤੇ ਜਾਂ ਹੇਟਿਜ਼ਮ ਦੇ ਵਿੱਚ ਕਿਉਂ ਇਨਵੋਲਵ ਹੁੰਦਾ, ਕੀ ਕਾਰਨ ਕੀ ਰਹੇ ਹੈਗੇ? ਸਰਟਨਲੀ ਇਹਦੇ ਕਾਰਨਾਂ 'ਤੇ ਵੀ ਗੱਲ ਹੋਈ ਹੈ, ਔਰ ਲੋਕਾਂ ਨੇ ਆਪਣੇ ਐਕਸਪੀਰੀਅੰਸ ਵੀ ਸ਼ੇਅਰ ਕੀਤੇ ਨੇ, ਔਰ ਲੋਕਾਂ ਨੇ ਆਪਣੀਆਂ ਸੁਜੈਸ਼ਨਸ ਵੀ ਦਿੱਤੀਆਂ ਨੇ। ਜਿਹੜੀ ਫੰਡਾਮੈਂਟਲ ਇਹਦੇ 'ਚ ਹੈ ਇਹਦਾ ਕਾਰਨ ਉਹ ਇਹ ਹੈ ਕਿ ਲੈਕ ਆਫ ਅਵੇਅਰਨੈਸ, ਫੀਅਰ ਆਫ ਅਨਨੋਨ ਹੈ, ਔਰ ਇਹ ਲਰਨਡ ਬਿਹੇਵੀਅਰ ਹੈ ਜਾਂ ਫੀਅਰ ਆਫ, ਜਿਵੇਂ ਆਪਾਂ ਕੋਈ ਮੰਨ ਲਓ ਕਿ ਸਰਦਾਰ ਬੰਦੇ ਨੂੰ ਇੱਦਾਂ ਦੇਖਦਾ ਉਹ ਕਿਸੇ ਨੇ ਪਹਿਲੀ ਵਾਰੀ ਜਾਂ ਘੱਟ ਦੇਖਿਆ ਜਾਂ ਉਹਦੇ ਦਿਮਾਗ ਵਿੱਚ ਕੋਈ ਹੋਰ ਗੱਲ ਮੇਰੇ ਲੁੱਕ ਪ੍ਰਤੀ ਪਈ, ਪ੍ਰੀਕਨਸੀਵਡ ਕੋਈ ਨੋਸ਼ਨ ਦਿਮਾਗ ਵਿੱਚ ਬੈਠਿਆ। ਓਕੇ, ਅਤੇ ਦੂਸਰਾ ਇਹ ਇਹਦੇ 'ਤੇ ਤਾਂ ਕੋਈ ਦੋ ਰਾਏ ਨਹੀਂ ਹੈ ਕਿ ਇਹ ਲਰਨਡ ਬਿਹੇਵੀਅਰ ਹੈ, ਕੋਈ ਬੰਦਾ ਰੇਸਿਸਟ ਬਾਏ ਬਰਥ ਰੇਸਿਸਟ ਨਹੀਂ ਹੈ, ਇਹ ਲਰਨ ਬਿਹੇਵੀਅਰ ਵੇ, ਪਰ ਇਹਨੂੰ ਅਨਲਰਨ ਵੀ ਕੀਤਾ ਜਾ ਸਕਦਾ। ਅੱਛਾ, ਅਤੇ ਇਹਦੇ 'ਤੇ ਜਿਹੜੀਆਂ ਸੁਜੈਸ਼ਨ ਸਨ ਉਹ ਇਹ ਸਨ ਕਿ ਐਜੂਕੇਸ਼ਨ ਜਿਹੜੀ ਹੈ ਉਹ ਫੋਕਸ ਕਰੇ ਅਲਬਰਟਾ ਦੀ, ਕੈਨੇਡਾ ਦੀ ਡਿਵਰਸਿਟੀ ਉੱਤੇ ਕਿ ਕੈਨੇਡਾ ਦੇ ਵਿੱਚ ਡਿਵਰਸ ਕਮਿਊਨਿਟੀਜ਼ ਨੇ, ਉਹਨਾਂ ਦੇ ਕੰਟਰੀਬਿਊਸ਼ਨਸ ਨੇ। ਅਗਰ ਅਸੀਂ ਸਿੱਖ ਕਮਿਊਨਿਟੀ ਦੀ ਮਿਸਾਲ ਲੈ ਲਈਏ ਤਾਂ 1900 ਅਲਬਰਟਾ ਬੰਨੇ ਤੋਂ ਪਹਿਲੇ ਵੀ ਐਵੀਡੈਂਸ ਮੌਜੂਦ ਹੈ ਕਿ ਸਿੱਖ ਇੱਥੇ ਸੀ, ਅਲਬਰਟਾ ਦੇ ਵਿੱਚ ਮੌਜੂਦ ਸਨ। ਉਹਨਾਂ ਦੀ ਜਿਹੜੀ ਸਟੋਰੀ ਹੈ ਉਹ ਅਲਬਰਟਾ ਦੀ ਸਟੋਰੀ ਹੈ, ਠੀਕ ਹੈ। 1938 ਦੇ ਵਿੱਚ ਐਡਮਿੰਟਨ ਇਹ ਪਹਿਲੀ ਮਾਸਕ ਬਣੀ, ਰਸ਼ੀਦ ਮਾਸਕ। ਓਕੇ, ਇਟ ਮੀਨ ਕਿ 1938 ਵਿੱਚ ਹੀ ਮੁਸਲਿਮ ਪੀਪਲ ਇਨਫ ਮੌਜੂਦ ਸਨ ਕਿ ਜਿਹਨੇ ਮਾਸਕ ਬਣਾਈ, ਠੀਕ ਹੈ। ਇਹ ਸਾਰੀ ਹਿਸਟਰੀ ਜਿਹੜੀ ਹੈ ਇਹ ਅਲਬਰਟਾ ਦੀ ਸਟੋਰੀ ਹੈ, ਅਲਬਰਟਾ ਦੀ ਹਿਸਟਰੀ ਦੇ ਪਾਰਟਸ ਨੇ ਜਿਹੜੇ ਪੜ੍ਹਾਏ ਜਾਣੇ ਜ਼ਰੂਰ, ਉਹ ਵੀ ਜ਼ਰੂਰੀ, ਠੀਕ ਹੈ। ਇਹਦਾ ਮਤਲਬ ਕਿ ਅਸੀਂ ਜਿਵੇਂ ਤੁਸੀਂ ਕਿਹਾ ਲਰਨਡ ਬਿਹੇਵੀਅਰ ਹੈਗਾ, ਇਹਦਾ ਮਤਲਬ ਇਹ ਹੈਗਾ ਕਿ ਅਸੀਂ ਕੁਛ ਚੀਜ਼ਾਂ ਇੱਦਾਂ ਦੀਆਂ ਬੱਚਿਆਂ ਨੂੰ ਪੜ੍ਹਾ ਦਿੱਤੀਆਂ ਸ਼ੁਰੂ ਉਹਨਾਂ ਦੀ ਜਿਹੜੀ ਲਾਈਫ ਦੀ ਸ਼ੁਰੂਆਤ ਦੇ ਵਿੱਚ ਕਿ ਜਿਹੜੀਆਂ ਕਿ ਉਹਨਾਂ ਦੇ ਅੰਦਰ ਬੈਠ ਗਈਆਂ,
ਜਾਂ ਇਹ ਕਹਿ ਲਈਏ ਕਿ ਕੁਛ ਚੀਜ਼ਾਂ ਇੱਦਾਂ ਦੀਆਂ ਹੈ ਜਿਨ੍ਹਾਂ ਬਾਰੇ ਪੜ੍ਹਾਇਆ ਹੀ ਨਹੀਂ ਗਿਆ ਹੈਗਾ? ਆਈ ਥਿੰਕ ਜ਼ਿਆਦਾ ਮੇਰੇ ਖਿਆਲ ਵਿੱਚ ਇਹ ਹੈ ਕਿ ਕੁਛ ਚੀਜ਼ਾਂ ਇੱਦਾਂ ਦੀਆਂ ਜਿਹਦੇ ਬਾਰੇ ਦੱਸਿਆ ਹੀ ਨਹੀਂ ਗਿਆ ਕਿ ਤੁਹਾਡੇ ਇੱਥੋਂ ਮੁਖਤਲਿਫ ਲੋਕ ਨੇ ਵੀ ਨੇ, ਉਹਨਾਂ ਦੇ ਧਰਮ ਮੁਖਤਲਿਫ ਨੇ, ਕਲਚਰ ਐਂਡ ਦੇ ਆਰ ਇਕੁਅਲ ਐਂਡ ਦੇ ਆਰ ਆਲ ਵਰਥੀ ਆਫ ਰਿਸਪੈਕਟ ਐਂਡ ਦੇ ਆਰ ਆਲ ਹਿਊਮਨ ਬੀਇੰਗਸ ਦੇ ਆਰ ਇੰਟਾਈਟਲ ਹਿਊਮਨ ਡਿਗਨਿਟੀ ਲਾਈਕ ਐਨੀ ਵਨ ਐਲਸ। ਸਰ ਕਿਸ ਤਰ੍ਹਾਂ ਦੇ ਲੋਕ ਜਿਹੜੇ ਹੈਗੇ ਨੇ ਪਾਏ ਗਏ ਤੁਸੀਂ ਬਿਕੋਜ਼ ਯੂ ਆਰ ਇਨ ਦਾ ਗਵਰਨਮੈਂਟ ਹੈ ਨਾ, ਅਤੇ ਰਿਪੋਰਟ ਵੀ ਆਈ ਹੈ, ਤੁਸੀਂ ਮੇਰੇ ਨਾਲ ਜ਼ਿਆਦਾ ਸਟੱਡੀ ਕੀਤੀ, ਤੁਸੀਂ ਲਾਇਰ ਵੀ ਹੈਗੇ ਹੈ ਨਾ, ਤੁਹਾਡਾ ਐਕਸਪੀਰੀਅੰਸ ਹੈਗਾ, ਅਤੇ ਕਿਸ ਤਰ੍ਹਾਂ ਦੇ ਲੋਕ ਜਿਹੜੇ ਹੈਗੇ ਨੇ, ਕਿਸ ਤਰ੍ਹਾਂ ਦੀ ਬੈਕਗਰਾਊਂਡ ਵਾਲੇ ਲੋਕ ਜਿਹੜੇ ਹੈਗੇ ਨੇ ਹੇਟ ਕ੍ਰਾਈਮ ਦੇ ਵਿੱਚ, ਰੇਸਿਜ਼ਮ ਦੇ ਵਿੱਚ ਇਨਵੋਲਵ ਪਾਏ ਜਾਂਦੇ ਹੈਗੇ? ਇਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਬਾਜ਼ ਲੋਕਾਂ ਨੇ ਆਪਣੇ ਇੰਡੀਵਿਜੁਅਲ ਐਕਸਪੀਰੀਅੰਸ ਸ਼ੇਅਰ ਕੀਤੇ ਕਿ ਜਿਹੜਾ ਇੰਡੀਵਿਜੁਅਲ ਟੂ ਇੰਡੀਵਿਜੁਅਲ ਜਿਹੜਾ ਐਟੀਟਿਊਡ ਸੀ ਉਹ ਵੈਲਕਮਿੰਗ ਨਹੀਂ ਸੀ। ਬਾਜ਼ ਲੋਕਾਂ ਨੇ ਸ਼ੇਅਰ ਕੀਤੇ ਆਪਣੇ ਐਕਸਪੀਰੀਅੰਸ ਕਿ ਇੰਸਟੀਟਿਊਸ਼ਨਸ ਜਿਹੜੇ ਨੇ, ਇਦਾਰੇ ਜਿਹੜੇ ਨੇ, ਉਹ ਬਾਜ਼ ਔਕਾਤ ਕਿਸ ਤਰ੍ਹਾਂ ਤੁਹਾਨੂੰ ਅੱਗੇ ਨਹੀਂ ਆਉਂਦੇ ਨੇ ਜਿਹੜਾ ਫੋਰਨ ਕੁਆਲੀਫਿਕੇਸ਼ਨ ਦਾ ਇਸ਼ੂ ਆਇਆ, ਮਤਲਬ ਇਫੈਕਟਿਵਲੀ ਉਹ ਬੈਰੀਅਰ ਹੈ ਤੁਹਾਨੂੰ ਅੱਗੇ ਜਾਣ ਦੇ ਵਿੱਚ। ਇਸੀ ਤਰ੍ਹਾਂ ਫਿਰ ਬਾਜ਼ ਲੋਕਾਂ ਨੇ ਮੁਖਤਲਿਫ ਔਰਗਨਾਈਜੇਸ਼ਨਸ ਉਹ ਸ਼ੇਅਰ ਕੀਤੀਆਂ ਨੇ, ਜਿਸ ਤਰ੍ਹਾਂ ਦੋ ਦਿਨ ਪਹਿਲੇ ਤੁਸੀਂ ਸੁਣਿਆ ਹੀ ਹੋਣਾ ਕਿ UCP ਦੀ ਇੱਕ ਇਵੈਂਟ ਸੀ ਐਡਮਿੰਟਨ ਦੇ ਵਿੱਚ, ਅਤੇ ਪਬ ਨਾਈਟ ਸੀ ਉੱਥੇ। UCP ਦੇ ਤਿੰਨ ਕੈਂਡੀਡੇਟ ਉਮੀਦਵਾਰ ਜਿਹੜੇ ਅਗਲੇ ਇਲੈਕਸ਼ਨ ਦੇ ਵਿੱਚ ਉਹਨਾਂ ਦੇ ਵਿੱਚ ਹਿੱਸਾ ਲੈਣ ਚਾਹੁੰਦੇ ਨੇ ਉਹ ਮੌਜੂਦ ਸਨ, ਅਤੇ ਉਹਨਾਂ ਨੇ ਇੱਕ ਗਰੁੱਪ ਨੂੰ ਇਨਵਾਈਟ ਕੀਤਾ ਉੱਥੇ, ਸੋਲਜਰਸ ਆਫ ਓਡਨ। ਇਹ ਸਿੱਧਾ ਸਿੱਧਾ ਐਂਟੀ ਰੇਸਿਸਟ, ਵਾਈਟ ਸੁਪਰੀਮੇਸਿਸਟ, ਔਰ ਤੁਸੀਂ ਕਹਿ ਸਕਦੇ ਹੋ ਕਿ ਨਿਊ ਨਾਟਸੀ ਨੇ, ਉਹ ਗਰੁੱਪ ਉੱਥੇ ਮੌਜੂਦ ਸੀ। ਔਰ ਜਦੋਂ ਅਲਬਰਟਨਸ ਨੇ ਉਹ ਪਿਕਚਰ ਸ਼ਿਕਚਰਸ ਵੇਖੀਆਂ ਅਤੇ ਉਹਨਾਂ ਨੇ ਉਸ 'ਤੇ ਓਬਜੈਕਟ ਵੀ ਕੀਤਾ, ਔਰ ਪ੍ਰੀਮੀਅਰ ਨੇ ਉਹਦੇ 'ਤੇ ਸਟੇਟਮੈਂਟ ਵੀ ਦਿੱਤੀ, ਦੋ ਦਿਨ ਪਹਿਲੇ ਪ੍ਰੈਸ ਕਾਨਫਰੰਸ ਵੀ ਕੀਤੀ। ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਸਾਡੇ ਪੋਲੀਟੀਕਲ ਡਿਸਕੋਰਸ ਦਾ ਕਦੇ ਵੀ ਹਿੱਸਾ ਨਹੀਂ ਹੋਣੀਆਂ ਚਾਹੀਦੀਆਂ। ਪਰ ਇਹ ਇਹਦੇ 'ਚ ਇੱਦਾਂ ਹੁੰਦਾ ਕਿ ਜਿਵੇਂ ਹੁਣ ਜ਼ਿਆਦਾਤਰ ਮੈਨੂੰ ਲੱਗਦਾ ਉਸ ਇਵੈਂਟ ਦੇ ਵਿੱਚ ਜਿਹੜਾ ਦੋ ਤਿੰਨ ਬੰਦੇ ਆਏ ਹੈਗੇ ਨੇ ਅਤੇ ਉਹਨਾਂ ਨੇ ਉੱਥੇ ਇਨਵੋਲਵਮੈਂਟ ਆਪਣੀ ਸ਼ੋਅ ਕੀਤੀ, ਫੋਟੋਗ੍ਰਾਫਸ ਵੀ ਜਿਹੜੀਆਂ ਤੁਸੀਂ ਕਿਹਾ ਵੀ ਸ਼ੇਅਰ ਹੋਈਆਂ, ਅਤੇ ਲੋਕਾਂ ਨੂੰ ਲੱਗਿਆ ਕਿ ਇਹ ਹੇਟ ਗਰੁੱਪ ਹੈਗਾ, ਹੈ ਨਾ। ਬਟ ਹਾਊ ਵੀ ਕੈਨ ਸੇ ਦੈਟ ਕਿ ਸੋਲਜਰ ਆਫ ਓਡਨ ਜਿਹੜਾ ਹੈਗਾ ਵੀ ਹੇਟ ਗਰੁੱਪ ਹੈਗਾ, ਜੇ ਉਹ ਇੰਨਾ ਹੀ ਗਲਤ ਹੈਗਾ, ਇਲੀਗਲ ਹੈਗਾ, ਤਾਂ ਦੈਟ ਸ਼ੁਡ ਬੀ ਬੈਨਡ। ਜਿਹੜੇ ਜਿਹੜੇ ਹੈ ਨਾ ਉਹਨਾਂ ਦੀ ਵੈਬ ਪੇਜ ਹੈ ਜਾਂ ਜਿਹੜੇ ਔਨਲਾਈਨ ਸਰਚ ਵਿੱਚ ਤੁਸੀਂ ਬਹੁਤ ਈਜ਼ੀਲੀ ਗੂਗਲ ਕਰਕੇ ਵੇਖ ਸਕਦੇ, ਅੱਜ ਕੱਲ੍ਹ ਗੂਗਲ ਵਿੱਚ ਹਰ ਕੋਈ, ਉਹਨਾਂ ਦੇ ਕਲੀਅਰਲੀ ਹੇਟਫੁਲ ਵਿਊਸ, ਐਂਟੀ ਇਮੀਗ੍ਰੈਂਟ ਸੈਂਟੀਮੈਂਟ, ਨਿਊ ਨਾਟਸੀ ਸੈਂਟੀਮੈਂਟ, ਔਰ ਵਾਈਟ ਸੁਪਰੀਮੇਸਿਸਟ ਗਰੁੱਪ ਹੈ, ਕਲੀਅਰਲੀ ਨੋਨ ਹੈ। ਓਕੇ, ਠੀਕ ਹੈ, ਕੁਛ ਲੈਟੀਟਿਊਡ 'ਤੇ ਮੌਜੂਦ ਹੈ ਚਾਰਟਰ ਰਾਈਟਸ ਦੇ ਵਿੱਚ ਕਿ ਤੁਹਾਨੂੰ ਆਜ਼ਾਦੀ ਹੈ ਕਿ ਤੁਸੀਂ ਆਪਣਾ ਵਿਊ ਐਕਸਪ੍ਰੈਸ ਕਰੋ, ਤੁਹਾਨੂੰ ਆਜ਼ਾਦੀ ਹੈ ਐਸੋਸੀਏਸ਼ਨ ਦੀ, ਅਸੈਂਬਲੀ ਦੀ, ਜੀ ਜੀ, ਠੀਕ ਹੈ। ਲੇਕਿਨ ਇਹ ਜਿਹੜੇ ਗਰੁੱਪਸ ਨੇ ਇਹਨਾਂ ਨੂੰ ਪਬਲਿਕ ਡਿਸਕੋਰਸ ਦੇ ਵਿੱਚ ਇਸ ਤਰ੍ਹਾਂ ਜਗ੍ਹਾ ਦੇਣਾ ਇਹ ਕੰਸਰਨਿੰਗ ਹੈ। UCP ਮੇਨ ਅਪੋਜੀਸ਼ਨ ਪਾਰਟੀ ਹੈ ਔਰ ਇਹ ਕੋਈ ਪਾਰਟੀਜ਼ਨ ਇਸ਼ੂ ਨਹੀਂ ਹੈ। ਪਰ ਮੈਂ ਇਹ ਸਮਝਣਾ ਚਾਹ ਰਿਹਾ ਹੈਗਾ ਕਿ ਮਤਲਬ ਜਿਉਂ UCP ਵਾਲਿਆਂ ਨੂੰ ਆਪਾਂ ਪੁੱਛੀਏ, ਚਲੋ ਹੈ ਨਹੀਂ ਇੱਥੇ, ਹੈ ਨਾ, ਜੇ ਪੁੱਛੀਏ ਤਾਂ ਉਹਨਾਂ ਨੂੰ ਕਹਿਣਗੇ ਕਿ ਉਹ ਕਿਹੜੀ ਬੈਂਡ ਔਰਗਨਾਈਜੇਸ਼ਨ ਹੈਗੀ ਹੈ, ਵੀ ਜੋ ਆ ਵੀ ਗਏ ਤਾਂ ਦੈਨ ਬਟ ਬੈਂਡ ਨਹੀਂ ਹੈ, ਲੇਕਿਨ ਜਿਹੜੇ ਉਹਨਾਂ ਦੇ ਵਿਊਜ਼ ਨੇ ਵੀ ਵੈਲਕਮਡ ਨਹੀਂ ਹੈਗੇ ਇਨ ਦਿਸ ਸੋਸਾਇਟੀ, ਉਹ ਇਸ ਸੋਸਾਇਟੀ ਦੇ ਪੋਲੀਟੀਕਲ ਡਿਸਕੋਰਸ ਦਾ ਹਿੱਸਾ ਕਦੀ ਵੀ ਨਹੀਂ ਹੋਣਾ ਚਾਹੀਦੇ। ਇਹ ਇਨਕੰਬੈਂਟ ਹੈ ਰਿਗਾਰਡਲੈਸ ਕਿ ਤੁਸੀਂ ਕਿਹੜੀ ਪਾਰਟੀ ਦੇ ਨਾਲ ਬਿਲੋਂਗ ਕਰਦੇ ਹੋ, ਕਿ ਤੁਸੀਂ ਇਹਨਾਂ ਵਿਊਜ਼ ਨੂੰ ਪੋਲੀਟੀਕਲ ਡਿਸਕੋਰਸ ਦੇ ਅੰਦਰ, ਪਬਲਿਕ ਡਿਸਕੋਰਸ ਦੇ ਅੰਦਰ ਜਗ੍ਹਾ ਨਹੀਂ ਦਿਓ। ਅਤੇ ਉਹਨਾਂ ਨੇ ਜਦੋਂ ਪਿਕਚਰਸ ਵੇਖੀਆਂ ਤਾਂ ਜੈਸਨ ਕੈਨੀ ਨੇ ਐਕਸਪਲੇਨੇਸ਼ਨ ਵੀ ਦਿੱਤੀ ਕਿ ਇਹਨਾਂ ਨੇ ਪਾਰਟੀ ਕ੍ਰੈਸ਼ ਕੀਤੀ, ਇਹ ਇਨਵਾਈਟਡ ਨਹੀਂ ਸਨ, ਵੈਲਕਮ ਨਹੀਂ ਸਨ। ਲੇਕਿਨ ਦੂਸਰੀ ਤਰਫ ਜਿਹੜਾ ਉਹਨਾਂ ਦਾ ਹੈ ਟਾਈਸਨ ਹੰਟ, ਜਿਹੜਾ ਅਲਬਰਟਾ ਚੈਪਟਰ ਦਾ ਸੋਲਜਰਸ ਆਫ ਓਡਨ ਦਾ ਹੈ, ਉਹਨੇ ਕਿਹਾ ਕਿ ਅਸੀਂ ਇੱਕ ਵੀਕ ਪਹਿਲੇ ਇਹਨਾਂ ਨੂੰ ਈਮੇਲ ਕਰਕੇ ਅਸੀਂ ਦੱਸਿਆ ਸੀ ਕਿ ਸਮੇਂ ਵਿੱਚ ਪ੍ਰੈਜੈਂਟ ਹੋਵਾਂਗੇ, ਅਤੇ ਇਹ ਐਕਸਪਲੇਨੇਸ਼ਨ
यूसीपी ਨੂੰ ਦੇਣੀ ਚਾਹੀਦੀ ਔਰ ਇਹ ਕੋਈ ਆਈਸੋਲੇਟਡ ਇਨਸੀਡੈਂਟ ਵੀ ਨਹੀਂ ਹੈ ਪਿਛਲੇ 6 ਮਹੀਨੇ ਦੇ ਵਿੱਚ 8 ਕੈਂਡੀਡੇਟਸ ਦੇ ਉੱਤੇ ਇਸ ਤਰ੍ਹਾਂ ਦੇ ਅਲੀਗੇਸ਼ਨ ਲਗੇ ਕਿ ਰੇਸਿਸਟ ਨੇ ਇਹਨਾਂ ਦੇ ਵਿਊਜ਼ ਹੇਟਫੁਲ ਸੀਗੇ ਇਸਲਾਮੋਫੋਬਿਕ ਸੀਗੇ ਹੋਮੋਫੋਬਿਕ ਸੀਗੇ ਕਲਾਈਮੇਟ ਚੇਂਜ ਨੂੰ ਡਿਨਾਈ ਕਰ ਰਹੇ ਸੀਗੇ ਕੈਂਡੀਡੇਟਸ ਦੇ ਕਿ ਜਾਂ ਕੁਝ ਆਰਗੇਨਾਈਜੇਸ਼ਨ ਸੀ ਜਿਨ੍ਹਾਂ ਨਹੀਂ ਜਿਹੜੇ ਯੂਸੀਪੀ ਦੇ ਕੈਂਡੀਡੇਟ ਉਹਨਾਂ ਦੇ ਉਹਨਾਂ 8 ਦੇ ਵਿੱਚੋਂ 6 ਕੈਂਡੀਡੇਟਸ ਨੂੰ ਯੂਸੀਪੀ ਨੇ ਸਟਿਲ ਅਲਾਓ ਕੀਤਾ ਕਿ ਤੁਸੀਂ ਰਨ ਕਰੋ ਨਾਮੀਨੇਸ਼ਨ ਦੇ ਹਾਰ ਗਏ ਹੋ ਅਲੱਗ ਗੱਲ ਹੈ ਠੀਕ ਹੈ ਸਾਰੇ ਹਾਰ ਗਏ ਕਿ ਸਾਰੇ ਹਾਰ ਗਏ ਠੀਕ ਹੈ ਸੋ ਦੈਟ ਮੀਨਸ ਜੇ ਯੂਸੀਪੀ ਮੈਂਬਰਸ ਦੀ ਵੀ ਆਪਾਂ ਗੱਲ ਕਰੀਏ ਤਾਂ ਇਹਦੇ ਤੋਂ ਇਹ ਨਹੀਂ ਕਲੀਅਰ ਹੁੰਦਾ ਕਿ ਯੂਸੀਪੀ ਮੈਂਬਰਸ ਵੀ ਜਿਹੜੇ ਹੈਗੇ ਨੇ ਇਸ ਤਰ੍ਹਾਂ ਦੇ ਵਿਚਾਰਾਂ ਦੀ ਜਿਹੜੀ ਹੈਗੀ ਹੈ ਸਪੋਰਟ ਨਹੀਂ ਕਰਦੇ ਜਿਹੜੀ ਹੇਟਿਜ਼ਮ ਜਾਂ ਮਤਲਬ ਰੇਸਿਜ਼ਮ ਵਾਲੇ ਪੁਆਇੰਟਸ ਹੋਣ ਉਹਨਾਂ ਨੇ ਸਰਟਨਲੀ ਉਹਨਾਂ ਨੂੰ ਆਪਣਾ ਕੈਂਡੀਡੇਟ ਨਹੀਂ ਚੁਣਿਆ ਲੇਕਿਨ ਜਿਹੜੀ ਯੂਸੀਪੀ ਦੀ ਲੀਡਰਸ਼ਿਪ ਹੈ ਜੈਸਨ ਕੈਨੀ ਉਹਨਾਂ ਨੇ ਉਹਨਾਂ ਕੈਂਡੀਡੇਟਸ ਨੂੰ ਅਲਾਓ ਤਾਂ ਕੀਤਾ ਕਿ ਤੁਸੀਂ ਰਨ ਕਰੋ ਅਗਰ ਮੈਂ ਉਹਦੀ ਛੋਟੀ ਜਿਹੀ ਮਿਸਾਲ ਦੇਵਾਂ ਟਾਡ ਬੀਜ਼ਲੀ ਸੀ ਟਾਡ ਬੀਜ਼ਲੀ ਮੈਡੀਸਨ ਐਟ ਵਾਲੀ ਸਾਈਡ ਤੋਂ ਲੜ ਰਿਹਾ ਸੀ ਉਹਨੇ ਕਿਹਾ ਸੀ ਕਿ ਜਿਹੜੇ ਮੁਸਲਿਮ ਨੇ ਇਹ ਸੈਟਨ ਵਰਸ਼ਿਪਰ ਨੇ ਸ਼ੈਤਾਨ ਦੇ ਪੁਜਾਰੀ ਨੇ ਠੀਕ ਫਿਰ ਇੱਕ ਹੋਰ ਸੀ ਫਿਲਿਪ ਸ਼ਿਊਮੈਨ ਸੀ ਉਹਨੇ ਇੱਕ ਨਿਊ ਨਾਟਸੀ ਮੀਮ ਸਕੀਮ ਨੂੰ ਫੰਡ ਕਰ ਰਿਹਾ ਸੀ ਐਂਟੀ ਜੋਸ਼ ਮੀਮ ਸਕੀਮ ਉਹਨੂੰ ਆਫਰ ਕੀਤੀ ਕਿ ਇਹਨੂੰ ਅਸੀਂ ਮੈਂ ਕੰਸਿਡਰ ਕਰ ਸਕਣਾ ਫੰਡ ਕਰਨਾ ਕਨੈਕਸ਼ਨ ਦੇ ਸਕਣਾ ਇਸੀ ਤਰ੍ਹਾਂ ਸੈਂਡਰਾ ਕੇਮ ਸੀ ਸਿੰਡੀ ਰਾਸ ਮੋਰੀਨ ਜ਼ਲਮਰ ਬਹੁਤ ਸਾਰੇ ਕੈਂਡੀਡੇਟਸ ਪਰ ਸਾਰੇ ਹਾਰ ਗਏ ਹਾਰੇ ਜ਼ਰੂਰ ਲੇਕਿਨ ਇਹ ਲੀਡਰਸ਼ਿਪ ਦੀ ਜ਼ਿੰਮੇਵਾਰੀ ਵੇ ਜੈਸਨ ਕੈਨੀ ਜਾਂ ਯੂਸੀਪੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਹੀ ਅੱਗੇ ਨਹੀਂ ਆਉਣ ਦੇਣ ਕਿ ਉਹਨਾਂ ਨੂੰ ਚਾਹੀਦਾ ਕਿ ਇਹਨਾਂ ਨੂੰ ਅੱਗੇ ਨਾ ਆਉਣ ਦੇਵਾਂ ਇਹਨਾਂ ਨੂੰ ਪਬਲਿਕ ਡਿਸਕੋਰਸ ਦੇ ਵਿੱਚ ਇਸ ਤਰ੍ਹਾਂ ਦੇ ਹੇਟਫੁਲ ਵਿਊਜ਼ ਨੂੰ ਜਗ੍ਹਾ ਨਾ ਦੇਵਾਂ ਇਹਦਾ ਮਤਲਬ ਇਹ ਹੈਗਾ ਕਿ ਜਿਹੜੀ ਪੋਲੀਟਿਕਸ ਹੈਗੀ ਜੇ ਵੈਸੇ ਮੈਂ ਹੋਰ ਗੱਲ ਪੁੱਛਣਾ ਚਾਹੁੰਦਾ ਕਿ ਜਿਵੇਂ ਪੋਲੀਟੀਸ਼ੀਅਨਸ ਹੈਗੇ ਜਿਵੇਂ ਤੁਸੀਂ ਵੀ ਹੈਗੇ ਪਬਲਿਕ ਵਿੱਚ ਜਾਂਦੇ ਹੈਗੇ ਹਨ ਅਤੇ ਤੁਹਾਨੂੰ ਵੀ ਇਹ ਲੱਗਦਾ ਕਿ ਜਿਹੜੀ ਕੋਈ ਔਰਗੇਨਾਈਜੇਸ਼ਨ ਹੈਗੀ ਹੈ ਨਾ ਤੁਸੀਂ ਕਈ ਵਾਰੀ ਉਹਦੇ ਬੈਕਗਰਾਊਂਡ 'ਤੇ ਪਿੱਛੇ ਤੱਕ ਨਹੀਂ ਵੀ ਜਾਂਦੇ ਹੈਗੇ ਅਤੇ ਤੁਹਾਨੂੰ ਲੱਗਦਾ ਚਲੋ ਯਾਰ 4 ਬੰਦੇ ਇਹਨਾਂ ਨਾਲ ਜੁੜੇ ਹੈਗੇ ਨੇ ਇਹਨਾਂ ਦਾ ਰਿਵਰ ਵੀ ਕੱਟ ਜਾਂਦੇ ਜਾ ਕੇ ਇਹਨਾਂ ਦੀ ਪਾਰਟੀ ਵੀ ਅਟੈਂਡ ਕਰ ਜਾਂਦੇ ਹੈਗੇ ਕੋਈ 4 ਵੋਟਾਂ ਪੈਣ ਗਈਆਂ ਜਾਂ ਮੈਂ ਆਪਣੇ ਅਗੇਂਸਟ ਕਿਉਂ ਕਰਨਾ ਹੈਗਾ ਇਸ ਤਰ੍ਹਾਂ ਦੀ ਵੀ ਮੈਂਟੈਲਿਟੀ ਰਹਿੰਦੀ ਹੈਗੀ ਕੈਂਡੀਡੇਟਸ ਜਾਂ ਪੋਲੀਟੀਸ਼ੀਅਨਸ ਦੀ ਵੀ ਉਹ ਖਾਮ ਖਾ ਇੱਕ ਕੰਟਰੋਵਰਸੀ 'ਚ ਫਸ ਜਾਂਦੇ ਨੇ ਸਿਰਫ ਵੋਟਾਂ ਦੇ ਲਾਲਚ ਵਿੱਚ ਆਈ ਥਿੰਕ ਉਹਨਾਂ ਦੇ ਮੋਟਿਵਸ 'ਤੇ ਤਾਂ ਮੈਂ ਕੋਈ ਖਾਸ ਜ਼ਾਹਿਰ ਸਪੈਕੂਲੇਸ਼ਨ ਨਹੀਂ ਕਰ ਸਕਦਾ ਲੇਕਿਨ ਜਿਹੜਾ ਇੱਕ ਇਨਫੋਰਮ ਸਿਟੀਜ਼ਨ ਹੈ ਉਹਦੀ ਜ਼ਿੰਮੇਦਾਰੀ ਇਹ ਵੇ ਕਿ ਉਹ ਜਦੋਂ ਕੈਂਡੀਡੇਟ ਨੂੰ ਵੋਟ ਕਰੇ ਉਹਦੇ ਪਹਿਲੇ ਕੈਂਡੀਡੇਟ ਦਾ ਬੈਕਗਰਾਊਂਡ ਉਹਦੀ ਪਾਰਟੀ ਦਾ ਬੈਕਗਰਾਊਂਡ ਉਹਦੇ ਪਾਰਟੀ ਦੇ ਵਿਊਜ਼ ਇਹਨਾਂ ਸਾਰੀਆਂ ਚੀਜ਼ਾਂ ਨੂੰ ਉਹ ਖੁਦ ਐਨਾਲਾਈਜ਼ ਕਰ ਜਾਂ ਇੱਦਾਂ ਵੀ ਆਪਾਂ ਕਹਿ ਸਕਦੇ ਹਾਂ ਇਸ ਚੀਜ਼ ਨੂੰ ਕਿ ਜਿਵੇਂ ਮੰਨ ਲਓ ਕਿ ਹੁਣ ਮੈਂ ਜਿਵੇਂ ਤੁਹਾਡੀ ਐਗਜ਼ਾਮਪਲ ਲਈ ਵੀ ਤੁਸੀਂ ਕਿਤੇ ਜਾਂਦੇ ਹੈਗੇ ਹੋ ਤੁਹਾਨੂੰ ਬਾਅਦ 'ਚ ਪਤਾ ਲੱਗਦਾ ਯਾਰ ਇਹਦੇ ਔਰਗਨਾਈਜੇਸ਼ਨ ਕੰਟਰੋਵਰਸੀਅਲ ਸੀ ਹੈ ਨਾ ਅਤੇ ਤੁਹਾਡੇ ਕੋਲ ਫਿਰ ਚਾਂਸ ਤਾਂ ਹੁੰਦਾ ਹੀ ਹੈ ਤੁਸੀਂ ਉਸ ਨੂੰ ਜਿਹੜਾ ਹੈਗਾ ਵੀ ਤੁਸੀਂ ਸੋਰੀ ਫੀਲ ਕਰ ਸਕਦੇ ਅੱਗੇ ਕਿ ਮੈਨੂੰ ਇਸ ਬਾਰੇ ਪਤਾ ਨਹੀਂ ਸੀ ਹੈ ਨਾ ਪਰ ਉਹ ਕਰਦੇ ਨਹੀਂ ਹੈਗੇ ਤੁਹਾਡਾ ਮਤਲਬ ਯੂਸੀਪੀ ਕੈਂਡੀਡੇਟ ਨੇ ਕਦੀ ਉਹ ਰਿਗਰੈਟ ਨਹੀਂ ਕੀਤਾ ਹੈਗਾ ਵੀ ਸਾਨੂੰ ਨਹੀਂ ਸੀ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਜਾਂ ਨਹੀਂ ਸੀ ਇਹ ਪਾਸਿਬਿਲਿਟੀ ਜ਼ਰੂਰ ਹੈ ਕਿ ਤੁਸੀਂ ਕਿਸੇ ਪਬਲਿਕ ਇਵੈਂਟ ਦੇ ਵਿੱਚ ਜਾਓ ਅੱਗੇ ਕੋਈ ਇਸ ਤਰ੍ਹਾਂ ਦੀ ਆਰਗਨਾਈਜੇਸ਼ਨ ਹੋਵੇ ਕਿ ਤੁਹਾਨੂੰ ਨਹੀਂ ਸੀ ਪਤਾ ਠੀਕ ਹੈ ਉਹਨਾਂ ਨੇ ਐਕਸਪਲੇਨ ਕਰ ਦਿੱਤਾ ਅਪੋਲੋਜਾਈਜ਼ ਕਰ ਦਿੱਤਾ ਲੇਕਿਨ ਇਹ ਪਿਛਲੇ 6 ਮਹੀਨੇ ਦੇ ਅੰਦਰ ਜਦੋਂ 8 ਬੰਦੇ ਇੱਕ ਪਾਰਟੀ ਦੇ ਵਿੱਚ ਇਹੋ ਜਿਹੇ ਤੁਹਾਨੂੰ ਮਿਲਦੇ ਨੇ ਕਿ ਜਿਹਨਾਂ ਦੇ ਵਿਊਜ਼ ਰੇਸਿਸ ਨੇ ਜਿਹਨਾਂ ਦੇ ਵਿਊਜ਼ ਇਸਲਾਮੋਫੋਬਿਕ ਨੇ ਹੋਮੋਫੋਬਿਕ ਨੇ ਜੂਇਸ਼ ਕਮਿਊਨਿਟੀ ਦੇ ਖਿਲਾਫ ਨੇ ਮਿਨੋਰਿਟੀਜ਼ ਦੇ ਖਿਲਾਫ ਇੱਕ ਪੈਟਰਨ ਹੈ ਓਕੇ ਇਹਦੇ 'ਤੇ ਲੀਡਰਸ਼ਿਪ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੀ ਪੋਲਿਸੀਜ਼ ਬਿਲਕੁਲ ਕਲੀਅਰ ਰੱਖੇ ਔਰ ਇਸ ਤਰ੍ਹਾਂ ਦੇ ਡਿਸਕੋਰਸ ਨੂੰ ਕਦੇ ਵੀ ਪਬਲਿਕ ਡਿਸਕੋਰਸ ਦਾ ਹਿੱਸਾ ਬਣਨੇ ਦੀ ਕਦੇ ਵੀ ਪਰਮਿਟ ਨਾ ਕਰੇ ਤੁਹਾਡਾ ਜਿਵੇਂ ਐਜ਼ ਏ ਐਨਡੀਪੀ ਜਿਹੜੇ ਹੈਗੇ ਤੁਸੀਂ ਮੈਂਬਰ ਹੈਗੇ ਐਨਡੀਪੀ ਦੇ ਨਾ ਤੁਹਾਡੇ ਪਾਰਟੀ ਦਾ ਕੰਸਰਨ ਇਹ ਹੁੰਦਾ ਕਿ ਇਹ ਜਿਹੜੀਆਂ ਚੀਜ਼ਾਂ ਵੀ ਸਾਡੀ ਇਸ ਸੋਸਾਇਟੀ ਦੇ ਵਿੱਚ ਮਲਟੀਕਲਚਰਲ ਸੋਸਾਇਟੀ ਹੈਗੀ ਹੈ ਵੀ ਇੱਦਾਂ ਦੀਆਂ ਚੀਜ਼ਾਂ ਨੂੰ ਬੜਾਵਾ ਨਹੀਂ ਦੇਣਾ ਚਾਹੀਦਾ ਸਪੋਰਟ ਨਹੀਂ ਕਰਨਾ ਚਾਹੀਦਾ ਹੈਗਾ ਪੋਲੀਟੀਕਲੀ ਉਹਨਾਂ ਨੂੰ ਜਿਹੜਾ ਡਿਨਾਈ ਵੀ ਕਰਨਾ ਚਾਹੀਦਾ ਅਤੇ ਪੋਲੀਟੀਕਲੀ ਸਪੋਰਟ ਨਹੀਂ ਕਰਨਾ ਚਾਹੀਦਾ ਤੁਹਾਡਾ ਇਹ ਕੰਸਰਨ ਰਹਿੰਦਾ ਕਿਉਂਕਿ ਯੂਸੀਪੀ ਵਾਲੇ ਵੀ ਐਂ ਹੀ ਕਰਨ ਸਾਡਾ ਕੰਸਰਨ ਇਹ ਰਹਿੰਦਾ ਕਿ ਡਿਵਰਸਿਟੀ ਜਿਹੜੀ ਵੇ ਜਿਸ ਤਰ੍ਹਾਂ ਅਸੀਂ ਸ਼ੁਰੂ 'ਚ ਗੱਲ ਕੀਤੀ ਕਿ ਬਹੁਤ ਸਾਰੇ ਧਰਮ ਬੈਕਗਰਾਊਂਡ ਟੈਲੈਂਟਸ ਅਤੇ ਲੋਕ ਅਲਬਰਟਾ ਦੇ ਵਿੱਚ ਮੌਜੂਦ ਔਰ ਅਲਬਰਟਾ ਦੇ ਵਿੱਚ ਹਰੇਕ ਨੂੰ
ਵੈਲਕਮਿੰਗ ਇਨਵਾਇਰਮੈਂਟ ਮਿਲਣਾ ਚਾਹੀਦਾ, ਆਪਰਚੁਨਿਟੀਜ਼ ਇਕੁਅਲ ਮਿਲਣੀ ਚਾਹੀਦੀ ਜੀ, ਔਰ ਹਰ ਇੱਕ ਇਸ ਬੜੀ ਅਲਬਰਟਾ ਫੈਮਿਲੀ ਦਾ ਹਿੱਸਾ ਵੇ, ਅਲਬਰਟਾ ਦੀ ਹਿਸਟਰੀ ਦਾ ਹਿੱਸਾ ਵੇ, ਕਲਚਰਲ ਮੋਜ਼ੈਕ ਦਾ ਹਿੱਸਾ ਵੇ ਜੀ। ਔਰ ਜਦੋਂ ਤੁਸੀਂ ਕਿਸੇ ਹਿੱਕ ਗਰੁੱਪ ਨੂੰ ਜਿਹੜਾ ਰੇਸ ਦੀ ਬੇਸ 'ਤੇ, ਹੇਟਫੁਲ ਵਿਊਜ਼ ਦੀ ਬੇਸ 'ਤੇ, ਐਂਟੀ ਇਮੀਗ੍ਰੈਂਟ ਸੈਂਟੀਮੈਂਟ ਦੀ ਬੇਸ 'ਤੇ ਆਪਣੀ ਆਈਡੈਂਟੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ, ਉਹਨੂੰ ਪਬਲਿਕ ਡਿਸਕੋਰਸ ਦੇ ਵਿੱਚ ਕਦੇ ਵੀ ਜਗ੍ਹਾ ਨਾ ਦਿਓ ਜੀ। ਜਿਹੜੀ ਫਰੀਡਮ ਆਫ ਸਪੀਚ ਹੈ ਉਹ ਇਸ ਕਦਰ ਦੂਰ ਨਹੀਂ ਜਾਂਦੀ ਕਿ ਤੁਸੀਂ ਰੇਸ ਦੀ ਬੁਨਿਆਦ 'ਤੇ ਦੂਸਰੇ ਨੂੰ ਡਿਸਕ੍ਰਿਮੀਨੇਟ ਕਰਨਾ ਸ਼ੁਰੂ ਕਰ ਜੀ। ਉੱਦਾਂ ਤਾਂ ਵੈਸੇ ਜਿਹੜੀ UCPA ਆਪਾਂ ਕੰਜ਼ਰਵੇਟਿਵਸ ਹੈਗੇ ਹਨ, ਕੰਜ਼ਰਵੇਟਿਵਸ ਆਪਾਂ ਰਾਈਟ ਵਿੰਗ ਹੀ ਮੰਨਦੇ ਹੈਗੇ ਹਾਂ ਨਾ, ਵੀ ਰਾਈਟ ਵਿੰਗ ਪਾਰਟੀ ਹੈਗੀ ਹੈ, ਵੀ ਜੋ ਜਿਹੜੇ ਮੈਜੋਰਟੀਸ ਵਾਲੇ ਲੋਕ ਹੈਗੇ ਨੇ ਉਹਨਾਂ ਵੱਲ ਉਹਨਾਂ ਦਾ ਝੁਕਾਅ ਰਹਿਣਾ ਹੀ ਹੈ, ਉਹਨਾਂ ਦੇ ਸਿਰ 'ਤੇ ਹੀ ਉਹਨਾਂ ਨੇ ਜਿਹੜੀ ਹੈ ਸਰਕਾਰ ਜਿਹੜੀ ਹੈ ਬਣਾਉਣੀ ਹੈ। ਪਰ ਤੁਹਾਡਾ ਕਹਿਣ ਦਾ ਮਤਲਬ ਕਿ ਜੇ ਆਪਾਂ ਕਿਸੇ ਮੈਜੋਰਟੀ ਗਰੁੱਪ ਨੂੰ ਸਪੋਰਟ ਕਰਦੇ ਹਾਂ ਜਾਂ ਉਹਨਾਂ ਦੀ ਸਪੋਰਟ ਲੈਂਦੇ ਹੈਗੇ ਹਾਂ, ਤਾਂ ਇਹਦਾ ਮਤਲਬ ਇਹ ਨਹੀਂ ਕਿ ਮਿਨੋਰਟੀ ਜਿਹੜੇ ਗਰੁੱਪ ਹੈਗੇ ਤਾਂ ਉਹਨਾਂ ਦੇ ਪ੍ਰਤੀ ਜਿਹੜੀ ਹੇਟਿਜ਼ਮ ਜਾਂ ਰੇਸਿਜ਼ਮ ਜਾਂ ਉਹਨਾਂ ਨੂੰ ਆਪਾਂ ਸੈਕਿੰਡ ਕਲਾਸ ਸਿਟੀਜ਼ਨ ਸਮਝਣ ਦੀ ਜਿਹੜੀ ਹੈਗੀ ਹੈ ਸੋਚ, ਉਹਨੂੰ ਆਪਾਂ ਸਪੋਰਟ ਕਰੀਏ, ਤੁਹਾਡਾ ਇਹ ਕੰਸਰਨ ਰਹਿੰਦਾ ਮੇਰੇ ਖਿਆਲ? ਗਵਰਨਮੈਂਟ ਦਾ ਜਿਹੜੀ ਜ਼ਿੰਮੇਵਾਰੀ ਹੈ ਨਾ, ਪਾਰਟੀਆਂ ਇੱਕ ਸਾਈਡ 'ਤੇ, ਗਵਰਨਮੈਂਟ ਦੀ ਜ਼ਿੰਮੇਵਾਰੀ ਇਹ ਹੁੰਦੀ ਕਿ ਉਹ ਹਰ ਇੱਕ ਦੇ ਲਈ ਗਵਰਨ ਕਰੇ। ਹੁਣ ਮੈਂ MLA ਵਾਂ, ਮੈਂ ਜਿਹਨਾਂ ਨੇ ਵੋਟ ਨਹੀਂ ਵੀ ਦਿੱਤੇ ਨਾ, ਮੈਂ ਉਹਨਾਂ ਦਾ ਵੀ MLA ਤਾਂ ਤੁਹਾਡੇ ਵਾਸਤੇ ਤਾਂ ਬਿਲਕੁਲ, ਤੁਸੀਂ ਤਾਂ ਉਹਨਾਂ ਵਾਸਤੇ ਵੀ MLA ਹੈ। ਠੀਕ ਹੈ, ਮੇਰੀ ਡਿਊਟੀ ਜਦੋਂ ਮੈਂ ਬਣ ਜਾਵਾਂ ਤਾਂ ਉਹ ਇਹ ਹੈ ਕਿ ਮੈਂ ਹਰ ਇੱਕ ਨੂੰ ਰੈਪ੍ਰਜੈਂਟ ਕਰਨ ਦੀ ਕੋਸ਼ਿਸ਼ ਕਰਾਂ ਜੀ, ਹਰ ਇੱਕ ਦਾ ਕੰਮ ਕਾਜ ਜਿਹੜਾ ਕੋਈ ਮੇਰੇ ਕੋਲੋਂ ਹੋ ਸਕੇ ਟੂ ਦ ਬੈਸਟ ਆਫ ਮਾਈ ਅਬਿਲਿਟੀ ਮੈਂ ਉਹ ਜ਼ਰੂਰ ਕਰਾਂ ਜੀ। ਔਰ ਇਹ ਪਾਰਟੀਜ਼ਨ ਡਿਫਰੈਂਸਿਸ ਇੱਕ ਸਾਈਡ 'ਤੇ ਛੋੜ ਕੇ ਪਬਲਿਕ ਆਫਿਸ ਦੇ ਨਾਲ, ਜਿਹੜੀ ਪਬਲਿਕ ਆਫਿਸ ਦੀ ਰਿਕੁਆਇਰਮੈਂਟ ਹੈ, ਰਿਸਪੋਂਸੀਬਿਲਿਟੀ ਹੈ, ਉਹਨੂੰ ਫੁਲਫਿਲ ਕਰਾਂ। ਅਤੇ ਇਹ ਲੱਗਦਾ ਵੀ ਤੁਹਾਡੀ ਪਾਰਟੀ ਦੀ ਇਹ ਸੋਚ ਜਿਹੜੀ ਰੱਖਦੀ ਹੈਗੀ ਹੈ ਕਿ ਵੈਨ ਦੇ ਆਰ ਇਲੈਕਟਡ ਦੇ ਆਰ ਇਲੈਕਟਡ ਫਾਰ ਆਲ ਦ ਅਲਬਰਟਨਸ, ਹੈ ਨਾ? ਅਤੇ UCP ਵਾਲੇ ਨਹੀਂ ਇੱਦਾਂ ਦੀ ਸੋਚ ਰੱਖਦੇ? ਅਗਰ ਉਹਨੇ 8 ਕੈਂਡੀਡੇਟ ਮੈਂ ਮਿਸਾਲ ਦਿੱਤੀ ਜਿਹੜੇ UCP ਦੇ ਲੜ ਰਹੇ ਸਨ, ਇਹਨਾਂ ਨੇ ਮਾਜ਼ੀ ਦੇ ਵਿੱਚ ਜਿਹੜੇ ਇਹਨਾਂ ਦੀ ਵਿਊਜ਼ ਨੇ, ਐਸੋਸੀਏਸ਼ਨਸ ਨੇ, ਕੁਐਸਚਨੇਬਲ ਹੈ, ਔਰ ਇਹ ਪੈਟਰਨ ਹੈ। ਕੋਈ ਇੱਕ ਇੰਸੀਡੈਂਟ ਹੋਵੇ ਤਾਂ ਅਸੀਂ ਕਹਿ ਦਈਏ ਕਿ ਕੋਈ ਨਹੀਂ, ਵਨ ਆਫ ਇੰਸੀਡੈਂਟ, ਇੱਕ ਪੈਟਰਨ ਸ਼ੋ ਕਰ ਰਿਹਾ ਜਿਹਦੇ 'ਤੇ ਲੀਡਰਸ਼ਿਪ ਨੂੰ ਖਿਆਲ ਵੀ ਕਰਨਾ ਚਾਹੀਦਾ, ਔਰ ਖਾਲੀ ਇੱਕ ਟਵਿੱਟਰ 'ਤੇ ਦੋ ਲੈਣਾ ਲਿਖ ਕੇ ਨਹੀਂ, ਬਲਕਿ ਇਹ ਸੀਰੀਅਸ ਕੰਸਰਨ ਹੈ। ਜੇ ਤੁਹਾਡੇ ਪ੍ਰੀਮੀਅਰ ਜਿਹੜੇ ਹੈਗੇ ਉਹਨਾਂ ਨੂੰ ਇਹ ਪ੍ਰੈਸ ਕਾਨਫਰੰਸ ਕਰਕੇ ਕਹਿਣਾ ਪੈ ਰਿਹਾ ਹੈਗਾ, ਅਤੇ ਆਈ ਥਿੰਕ ਜੈਸਨ ਕੈਨੀ ਵੀ ਉੱਦਾਂ ਤਾਂ ਵੈਸੇ ਦਿਨ 'ਚ 2-3 ਵਾਰੀ ਕਈ ਵਾਰੀ ਲਾਈਵ ਹੋ ਜਾਂਦੇ ਨੇ ਫੇਸਬੁੱਕ 'ਤੇ, ਤੋ ਅਗਰ ਉਹਨਾਂ ਨੂੰ ਕੰਸਰਨ ਹੈਗਾ ਤਾਂ ਉਹ ਵੀ ਮਤਲਬ ਜਿਹੜਾ ਹੈਗਾ ਜ਼ਰੂਰ ਉਹਨਾਂ ਨੂੰ ਕਰਨਾ ਚਾਹੀਦਾ ਹੈਗਾ, ਤਾਂ ਕਿ ਕਲੈਰਿਟੀ ਹੋ ਜਾਵੇ ਕਿ, ਹੈ ਨਾ, ਜੇ ਤੁਸੀਂ ਨਹੀਂ ਬੋਲਦੇ ਤਾਂ ਮਤਲਬ ਯੂ ਆਰ ਸਪੋਰਟਿੰਗ ਦੈਟ। ਅਗਰ ਲੀਡਰਸ਼ਿਪ ਕਲੀਅਰ ਰੱਖੀ ਆਪਣੀਆਂ ਪਾਲਿਸੀ ਤਾਂ ਲੋਕ UCP ਦੇ ਵਿੱਚ ਵੈਲਕਮ ਫੀਲ ਨਹੀਂ ਕਰਨ ਲੱਗੇ, ਲੇਕਿਨ ਅਗਰ ਤੁਸੀਂ ਡਾਕ ਵਿਸਲ ਪੋਲੀਟਿਕਸ ਕਰ ਰਹੇ ਹੋ, ਇਹਨਾਂ ਨੂੰ ਕੁਝ ਹੋਰ ਮੈਸੇਜ ਦੇ ਰਹੇ ਹੋ, ਪਬਲਿਕ ਨੂੰ ਕੁਝ ਹੋਰ ਮੈਸੇਜ ਦੇ ਰਹੇ ਹੋ, ਤੇ ਇਹ ਇਸ ਤਰ੍ਹਾਂ ਦੇ ਜਿਹੜੇ ਐਕਸਟ੍ਰੀਮ ਗਰੁੱਪਸ ਨੇ ਇਹ UCP ਦੇ ਵਿੱਚ ਵੈਲਕਮ ਫੀਲ ਕਰਨਗੇ, ਉਹਦੇ ਨਾਲ ਐਸੋਸੀਏਟ ਕਰਨਗੇ। ਸਾਡਾ ਮੰਨਣਾ ਇਹ ਵੇ ਕਿ ਇਹਨਾਂ ਹੇਟਫੁਲ ਵਿਊਜ਼ ਦੀ, ਨਿਊਨਾਰਸੀ ਵਿਊਜ਼ ਦੀ, ਐਂਟੀ ਇਮੀਗ੍ਰੈਂਟ ਸੈਂਟੀਮੈਂਟਸ ਦੀ ਸਾਡੇ ਪਬਲਿਕ ਡਿਸਕੋਰਸ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ, ਔਰ ਜੇ ਸੰਗੇ ਨਹੀਂ UCP ਨੂੰ ਅਨਇਕੁਇਵੋਕਲੀ ਇਸ ਨੂੰ ਡਿਨਾਊਂਸ ਕਰਨਾ ਚਾਹੀਦਾ। ਬਿਲਕੁਲ, ਲਾਸਟ ਦੇ ਵਿੱਚ ਤੁਸੀਂ ਇਸ ਮਤਲਬ ਪਰਸਪੈਕਟਿਵ ਦੇ ਵਿੱਚ ਜਿਹੜਾ ਹੈਗਾ ਵੀ ਜੀ, ਕਿਉਂਕਿ ਹੁਣ ਨੈਕਸਟ ਈਅਰ ਇਲੈਕਸ਼ਨ ਵੀ ਹੋਣੇ ਹੈਗੇ ਨੇ, ਅਤੇ ਜੱਗ ਪੰਜਾਬੀ ਦੇ ਜਿਹੜੇ ਵਿਊਜ਼ ਹੈਗੇ ਨੇ ਉਹਨਾਂ ਨੂੰ ਕੀ ਤੁਸੀਂ ਕਹਿਣਾ ਚਾਹੀਦਾ ਕਿ ਕਿਸ ਤਰ੍ਹਾਂ ਦੀ ਸੋਚ ਰੱਖ ਕੇ ਜਿਹੜੀ ਹੈਗੀ ਹੈ ਉਹ ਵੋਟਿੰਗ ਕਰਨ, ਤਾਂ ਕਿ ਉਹਨਾਂ ਨੂੰ ਕੱਲ੍ਹ ਨੂੰ ਫਿਰ ਪਛਤਾਉਣਾ ਨਾ ਪਵੇ? ਆਈ ਥਿੰਕ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਵੇ ਉਹ ਇਹ ਵੇ ਕਿ ਅਲਬਰਟਾ ਦੇ ਵਿੱਚ, ਕੈਨੇਡਾ ਦੇ ਵਿੱਚ ਪਾਰਟੀਆਂ ਇਲੈਕਸ਼ਨ ਲੜਦੀਆਂ ਨੇ ਜੀ, ਪਾਰਟੀਆਂ ਇੱਕ ਪਲੈਟਫਾਰਮ 'ਤੇ ਇਲੈਕਸ਼ਨ ਲੜਦੀਆਂ ਨੇ ਜੀ ਜੀ, ਔਰ ਉਹ ਪਲੈਟਫਾਰਮ ਉਹਨਾਂ ਦੀ ਕਮਿਟਮੈਂਟ ਹੈ ਪਬਲਿਕ ਦੇ ਨਾਲ ਕਿ ਇਫ ਇਲੈਕਟਡ ਉਹਨਾਂ ਨੇ ਇਹੋ ਕੰਮ ਕਰਨੇ, ਔਰ ਮੋਸਟ ਆਫ ਦਾ ਜਿਹੜਾ ਉਹਨਾਂ ਦਾ ਹੁੰਦਾ ਹੈਗਾ ਉਹਨੂੰ ਕਰਦੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਜੀ, ਜ਼ਰੂਰ ਕੀਤੀ ਜਾਂਦੀ। ਅੱਜ ਤੋਂ ਚਲੋ ਟਾਈਮ ਨਹੀਂ ਹੈ, ਲੇਕਿਨ ਕਿਸੇ ਦਿਨ ਮੈਂ ਜ਼ਰੂਰ ਆਪਣੀ ਪਾਰਟੀ ਦੇ 15 ਦੇ ਪਲੈਟਫਾਰਮ 'ਤੇ ਜ਼ਰੂਰ ਗੱਲ ਕਰ ਸਕਾਂਗੇ, ਅਸੀਂ ਕੀ ਪ੍ਰੋਮਿਸ ਕੀਤਾ ਸੀ, ਕੀ ਡਿਲੀਵਰ ਕੀਤਾ ਜੀ। ਅਤੇ ਇਲੈਕਸ਼ਨ ਜਿਹੜਾ ਹੁੰਦਾ ਇਲੈਕਸ਼ਨ ਚੋਇਸਿਸ ਦੇ ਬਾਰੇ ਹੈ, ਇੰਡੀਵਿਜੁਅਲ ਦੇ ਬਾਰੇ ਨਹੀਂ, ਬਲਕਿ ਚੋਇਸ ਦੇ ਬਾਰੇ ਹੈ ਕਿ ਕਿਹੜੀ ਪਾਰਟੀ ਕੀ ਆਫਰ ਕਰ ਰਹੀ ਹੈ ਆਪਣੇ ਪਲੈਟਫਾਰਮ ਦੇ ਵਿੱਚ, ਕੀ ਚੋਇਸ ਦੇ ਰਹੀ ਹੈ, ਉਹਨਾਂ ਦਾ ਐਜੂਕੇਸ਼ਨ ਦੇ ਬਾਰੇ ਕੀ ਵਿਚਾਰ ਨੇ, ਹੈਲਥ ਦੇ ਬਾਰੇ ਕੀ ਵਿਚਾਰ ਨੇ, ਸੋਸ਼ਲ ਸਰਵਿਸਿਜ਼ ਦੇ ਬਾਰੇ ਕੀ ਵਿਚਾਰ ਨੇ, ਮਾਹੌਲੀਆਤੀ ਤਬਦੀਲੀਆਂ ਬਾਰੇ ਕੀ ਵਿਚਾਰ ਨੇ, ਅਤੇ ਜਿਹੜੇ ਵੀ
ਅਲਬਰਟਨਸ ਵੋਟ ਸਾਰਿਆਂ ਨੂੰ ਕਰਨਾ ਚਾਹੀਦਾ ਜੀ, ਪਰ ਜਦੋਂ ਵੋਟ ਕਰਨ ਤੇ ਉਹ ਪਾਰਟੀ ਪਲੈਟਫਾਰਮ ਮਨਸ਼ੂਰ ਇਹ ਚੀਜ਼ਾਂ ਜ਼ਰੂਰ ਸਮਝ ਕੇ ਜਾਂਚ ਕੇ ਉਸ 'ਤੇ ਵੋਟ ਕਰਨ। ਔਰ ਇਹਦੇ ਵਿੱਚ ਮੀਡੀਆ ਦਾ ਇੱਕ ਕੀ ਰੋਲ ਹੈ ਕਿ ਉਹ ਇਨਫੋਰਮੇਸ਼ਨ ਜਿਹੜੀ ਹੈ ਮੁਖਤਲਿਫ ਪਾਰਟੀਆਂ ਦੇ ਬਾਰੇ ਉਹ ਪਬਲਿਕ ਨੂੰ ਡਿਸਮੀਨੇਟ ਕਰੇ, ਪਬਲਿਕ ਦੇ ਨਾਲ ਉਹ ਇਨਫੋਰਮੇਸ਼ਨ ਸ਼ੇਅਰ ਕਰੇ ਔਰ ਹੈਲਪ ਕਰੇ ਕਿ ਤਮਾਮ ਲੋਕ ਇਨਫੋਰਮ ਡਿਸੀਜਨ ਕਰ ਸਕਣ ਪਾਰਟੀਆਂ ਦੇ ਬਾਰੇ ਜੀ। ਸੋ ਤੁਹਾਡੇ ਕਹਿਣ ਦਾ ਮਤਲਬ ਇਹ ਹੈਗਾ ਕਿ ਜਦੋਂ ਵੀ ਆਪਾਂ ਵੋਟ ਕਰਨੀ ਹੈ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੀ ਪਾਰਟੀ ਨੂੰ ਜੇ ਵੋਟ ਕਰ ਰਹੇ ਹਾਂ ਤਾਂ ਉਹਨਾਂ ਦਾ ਕੀ ਏਜੰਡਾ ਰਹਿਣ ਵਾਲਾ ਹੈਗਾ। ਅਤੇ ਜਾਂ ਆਪਾਂ ਹੁਣ ਪਹਿਲਾਂ ਤਾਂ ਸਾਡੇ ਕੋਲ ਵੈਸੇ ਕੋਈ ਪਾਸਟ ਐਕਸਪੀਰੀਅੰਸ ਹੈ ਨਹੀਂ ਸੀ ਵੀ ਪਹਿਲਾਂ ਲਗਾਤਾਰ ਕੰਜ਼ਰਵੇਟਿਵ ਜਿਹੜੇ 43 ਈਅਰ ਰਾਜ ਕਰਦੇ ਰਹੇ ਹੈਗੇ ਨੇ ਅਤੇ ਸਾਨੂੰ ਦੂਸਰੀ ਪਾਰਟੀ ਬਾਰੇ ਪਤਾ ਨਹੀਂ ਸੀ ਵੀ ਉਹ ਕਿੱਦਾਂ ਦਾ ਰਾਜ ਕਰੇਗੀ। ਅਤੇ ਹੁਣ ਇੱਕ ਐਗਜ਼ਾਮਪਲ ਤੁਹਾਡੀ ਐਨ ਡੀ ਪੀ ਨੇ ਹੈਗੀ ਹੈ ਕਿ ਵੀ ਕੈਨ ਕੰਪੇਅਰ ਵੀ ਐਨ ਡੀ ਪੀ ਨੇ 4 ਸਾਲਾਂ ਦੇ ਵਿੱਚ ਕੀ ਪ੍ਰੋਮਿਸ ਕੀਤਾ ਅਤੇ ਕੀ ਡਿਲੀਵਰ ਕੀਤਾ, ਜਾਂ ਪਿੱਛੇ 43 ਈਅਰਸ ਕੰਜ਼ਰਵੇਟਿਵਸ ਨੇ ਕੀ ਕੀਤਾ, ਅਤੇ ਵੀ ਕੈਨ ਬੀ ਇਨ ਗੁੱਡ ਪੁਜੀਸ਼ਨ ਟੂ ਡਿਸਾਈਡ ਕਿ ਕਿਹਨੂੰ ਵੋਟ ਜਿਹੜਾ ਕਰਨਾ ਚਾਹੀਦਾ ਜੀ। ਅਤੇ ਇਰਫਾਨ ਜੀ ਤੁਸੀਂ ਕਹਿਣਾ ਚਾਹੁੰਦੇ ਕੁਛ? ਥੈਂਕ ਯੂ ਸੋ ਮਚ। ਮੈਂ ਇਹੀ ਕਹਿਣਾ ਚਾਹੁੰਦਾ ਸਾਂ ਕਿ ਗੋਇੰਗ ਫੋਰਵਰਡ ਵੀ ਜ਼ਾਹਿਰ ਅਸੀਂ ਆਪਣਾ ਇੱਕ ਪ੍ਰੋਗਰਾਮ ਪਬਲਿਕ ਤੱਕ ਰੱਖਾਂਗੇ ਔਰ ਆਈ ਗੈਸ ਪਬਲਿਕ ਨੂੰ ਰਾਈਟ ਹੈ ਕਿ ਉਹ ਬਾਕੀ ਪਾਰਟੀ ਕੋਲ ਵੀ ਉਹਨਾਂ ਦਾ ਪ੍ਰੋਗਰਾਮ ਵੀ ਪੁੱਛ ਲਵੇ ਕਿ ਉਹਨਾਂ ਨੇ ਕੀ ਕਰਨਾ। ਅਤੇ ਇਹਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਕਿ ਮੀਡੀਆ ਦਾ ਇੱਕ ਕੀ ਰੋਲ ਹੈ ਕਿ ਇਨਫੋਰਮੇਸ਼ਨ ਓਬਜੈਕਟਿਵਲੀ ਔਰ ਐਕੂਰੇਟਲੀ ਕਿਸ ਤਰ੍ਹਾਂ ਪਬਲਿਕ ਦੇ ਵਿੱਚ ਪਹੁੰਚਾਈ ਜਾਂਦੀ ਹੈ ਜੀ। ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਰੁਝੇਵੇਂ ਦੇ ਵਿੱਚੋਂ ਸਮਾਂ ਕੱਟ ਕੇ ਜਿਹੜਾ ਹੈਗਾ ਤੁਸੀਂ ਬਿਜ਼ੀ ਸੀ ਕਾਫੀ, ਅਤੇ ਸਾਡੇ ਵਿਊਅਰਸ ਨਾਲ ਆਪਣੇ ਵਿਊਜ਼ ਜਿਹੜੇ ਤੁਸੀਂ ਸ਼ੇਅਰ ਕੀਤੇ ਬਹੁਤ ਬਹੁਤ ਧੰਨਵਾਦ ਜੀ। ਬੇਹੱਦ ਸ਼ੁਕਰੀਆ ਜੀ। ਥੈਂਕ ਯੂ। ਅਤੇ ਦੋਸਤੋ ਇਹ ਸੀ ਅੱਜ ਦਾ ਪ੍ਰੋਗਰਾਮ ਵਿਚਾਰ ਵਟਾਂਦਰਾ। ਆਸ ਹੈ ਕਿ ਤੁਹਾਨੂੰ ਇਹ ਗੱਲਬਾਤ ਚੰਗੀ ਲੱਗੀ ਹੋਏਗੀ। ਤੁਹਾਡਾ ਬਹੁਤ ਬਹੁਤ ਧੰਨਵਾਦ ਪਿਆਰ ਜੀ, ਸਤਿ ਸ਼੍ਰੀ ਅਕਾਲ ਜੀ।